ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਸੰਤ ਬਾਬਾ ਰਾਮ ਸਿੰਘ ਜੀ ਨਾਨਕ ਸਾਹਿਬ ਸਿੰਘਰਾਂ ਵਾਲੇ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੇ ਜੀਵਨ ਦੀ ਜਿਹੜੀ ਲੀਲਾ ਉਹ ਸਮਾਪਤ ਕਰ ਲਈ। ਕਈ ਦਿਨਾਂ ਤੋਂ ਕੁੰਡਲੀ ਬਾਰਡਰ ਦੇ ਉੱਤੇ ਸੰਗਤਾਂ ਦੀ ਕਿਸਾਨ ਸੰਘਰਸ਼ ਵਿੱਚ ਜੁਟੇ ਯੋਧਿਆਂ ਦੀ ਸੇਵਾ ਕਰ ਰਹੇ ਸਨ, ਪਰ ਉੱਥੇ ਜੋ ਹਾਲਤ ਹੈ ਬੀਬੀਆਂ ਦੀ, ਬੱਚਿਆਂ ਦੀ, ਬਜ਼ੁਰਗਾਂ ਦੀ, ਨੌਜਵਾਨਾਂ ਦੀ, ਉਹਨੂੰ ਨਾ ਸਹਾਰਦੇ ਹੋਏ ਉਹਨਾਂ ਨੇ ਆਪਣਾ ਇੱਕ ਦੁਖਦਾਈ ਸੁਸਾਈਡ ਨੋਟ ਲਿਖ ਕੇ ਅਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮੈਂ ਸਮਝਦਾ ਕਿ ਇੱਕ ਸੰਤ ਮਹਾਂਪੁਰਖ ਦਾ ਆਪਣੀ ਜ਼ਿੰਦਗੀ ਨੂੰ ਸਮਾਪਤ ਕਰਨ ਦਾ ਫੈਸਲਾ ਇਹ ਇਸ ਗੱਲ ਦਾ ਪ੍ਰਗਟਾਵਾ ਹੈ ਕਿ ਕਿਸਾਨੀ ਦੀ ਇਸ ਵੇਲੇ ਦੇਸ਼ ਦੇ ਵਿੱਚ ਕਿੰਨੀ ਮਾੜੀ ਹਾਲਤ, ਜਿਹੜੇ ਸੰਘਰਸ਼ ਕਰ ਰਹੇ ਆ ਉਹ ਕਿੰਨਾ ਮੁਸ਼ਕਲ ਹਾਲਾਤਾਂ ਦੇ ਵਿੱਚ ਉੱਥੇ ਸੰਘਰਸ਼ ਕਰ ਰਹੇ। ਹਰ ਰੋਜ਼ ਕਿਸੇ ਨਾ ਕਿਸੇ ਮੌਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ, ਪਰ ਅਫਸੋਸ ਹੈ ਕਿ ਸਰਕਾਰ ਢੀਠ ਹੋਈ, ਸੁੱਤੀ ਹੋਈ ਹੈ, ਉਹਨੂੰ ਮਾਨਵੀ ਕਦਰਾਂ ਕੀਮਤਾਂ ਦੀ ਜਿਹੜੀ ਹੈ ਕਿਸੇ ਤਰ੍ਹਾਂ ਦਾ ਵੀ ਇਲਮ ਨਹੀਂ। ਪਰ ਅੱਜ ਦੀ ਸੰਤ ਮਹਾਂਪੁਰਖ ਦੀ ਇਹ ਮੌਤ ਇਹਨੇ ਸਾਰੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ। ਸੋ ਸਰਕਾਰ ਨੂੰ ਜਾਗਣਾ ਚਾਹੀਦਾ ਕਿ ਹਾਲਾਤ ਦੇਖੋ, ਇੱਕ ਸੰਤ ਮਹਾਂਪੁਰਖ ਜੇ ਇਸ ਤਰੀਕੇ ਆਪਣੀ ਜ਼ਿੰਦਗੀ ਸਮਾਪਤ ਕਰਦਾ ਤਾਂ ਦੇਖੋ ਕਿ ਹਾਲਾਤ ਕਿਸ ਪਾਸੇ ਜਾ ਰਹੇ। ਮੈਂ ਆਸ ਕਰਦਾ ਕਿ ਸਰਕਾਰ ਇਹਦੇ ਤੋਂ ਸਬਕ ਸਿੱਖੇਗੀ। ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਬਾਬਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਸਾਰੀ ਸੰਗਤ ਨੂੰ ਭਾਣਾ ਬੰਨਣ ਦਾ ਬਲ ਬਖਸ਼ੇ, ਔਰ ਸਾਰੀ ਸੰਗਤ ਨੂੰ ਮੈਂ ਬੇਨਤੀ ਵੀ ਕਰਦਾ ਕਿ ਇਸ ਮੌਕੇ ਅਮਨ ਸ਼ਾਂਤੀ ਸਾਨੂੰ ਸਾਰਿਆਂ ਨੂੰ ਬਣਾਈ ਰੱਖਣੀ ਚਾਹੀਦੀ।